ਦੇਖੋ ਜੀ, ਅੱਜ ਨਾਮਜ਼ਦਗੀ ਜਿਹੜੀ ਆ ਪੱਤਰ ਨੇ ਉਹ ਦਾਖਲ ਹੋ ਰਹੇ ਨੇ। ਜਿਹੜੇ ਚਾਹਵਾਨ ਕੈਂਡੀਡੇਟ ਨੇ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਜਿੱਥੇ ਵੀ ਮੈਂ ਗਿਆ ਨਜ਼ਰ ਆਏ ਨੇ, ਅਤੇ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਕਤਾਰਾਂ ਦੇ ਵਿੱਚ ਲੋਕ ਖੜ੍ਹੇ ਨੇ, ਅਤੇ ਸ਼ਾਂਤੀਪੂਰਵਕ ਜਿਹੜੇ ਪੂਰੀ ਪ੍ਰੋਸੈਸ ਇਹ ਚੱਲ ਰਹੀ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਇਸੇ ਤਰੀਕੇ ਨਾਲ ਇਹ ਚੱਲੇਗੀ। ਜਿੱਥੋਂ ਤੱਕ ਸੁਰੱਖਿਆ ਦਾ ਸੰਬੰਧ ਹੈ, ਪੁਲਿਸ ਵੱਲੋਂ ਪੁਖਤੇ ਇੰਤਜ਼ਾਮ ਕੀਤੇ ਗਏ ਨੇ, ਠੀਕ ਹੈ, ਅਤੇ ਗਜ਼ਟਡ ਅਫਸਰਸ ਦੇ ਅਧੀਨ ਰਿਜ਼ਰਵ ਫੋਰਸਾਂ ਦਿੱਤੀਆਂ ਗਈਆਂ ਨੇ, SHOs ਵਗੈਰਾ ਦੀ ਡਿਊਟੀਜ਼ ਪ੍ਰੋਪਰ ਲੱਗੀਆਂ ਹੋਈਆਂ ਨੇ। ਅਤੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ, ਕਿਉਂਕਿ ਜ਼ਿਆਦਾ ਕੈਂਡੀਡੇਟ ਇੱਥੇ ਜਿਹੜੇ ਹੈ ਨੋਮੀਨੇਸ਼ਨ ਫਾਈਲ ਕਰਨ ਆਏ ਨੇ, ਆਪਣੀ ਵਾਰੀ ਵਾਰੀ ਜਿਹੜੇ ਹੈ ਉਹ ਆਪਣਾ ਜਿਹੜਾ ਹੈ ਨੋਮੀਨੇਸ਼ਨ ਜਿਹੜਾ ਫਾਈਲ ਹੈ ਉਹ ਜਮ੍ਹਾਂ ਕਰਾਉਣ, ਅਤੇ ਉਸ ਤੋਂ ਬਾਅਦ ਜਦੋਂ ਇਹ ਪ੍ਰੋਸੈਸ ਉਹਨਾਂ ਦੀ ਪੂਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹ ਜਿਹੜਾ ਹੈ ਇਸ ਸਥਾਨ ਨੂੰ ਜਿਹੜਾ ਹੈ ਛੱਡ ਕੇ ਆਪਣਾ ਇਹਨੂੰ ਖਾਲੀ ਕਰ ਦੇਣ, ਅਤੇ ਤਾਂ ਜੋ ਜਿਹੜਾ ਹੈਗਾ ਅੱਗੇ ਜਿਹੜਾ ਹੈ ਸਮੂਥ ਜਿਹੜਾ ਹੈ ਚੱਲਦਾ ਰਹੇ। ਇਸ ਤੋਂ ਇਲਾਵਾ ਜਿਹੜਾ ਟ੍ਰੈਫਿਕ ਦੇ ਬੰਦੋਬਸਤ ਹੈ ਉਹ ਪੁਲਿਸ ਵੱਲੋਂ ਕੀਤੇ ਗਏ ਨੇ, ਕਿਉਂਕਿ ਇਹ ਥੋੜ੍ਹਾ ਰਸਤਾ ਜਿਹੜਾ ਹੈਗਾ ਉਹ ਨੈਰੋ ਹੈ, ਅਤੇ ਫਿਰ ਵੀ ਜਿਹੜੇ ਹੈ ਗੱਡੀਆਂ ਵਗੈਰਾ ਆਪਣੀ ਜਿਹੜਾ ਹੈ ਟ੍ਰੈਫਿਕ ਕਾਫੀ ਠੀਕ ਹੈ। 15 ਅਕਤੂਬਰ ਨੂੰ ਦਿਹਾਤੀ ਖੇਤਰ ਦੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ, ਪਿੰਡਾਂ ਦੀ ਤਾਂ ਉਸੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਸਿਕਿਉਰਟੀ ਦੇ ਇੰਤਜ਼ਾਮ ਨੇ, ਤੇ ਕਿੰਨੀ ਕੁ ਫੋਰਸ ਜਿਹੜੀ ਲਗਾਈ ਗਈ ਹੈ? ਦੇਖੋ ਜੀ, ਜਿਹੜੀ ਚੋਣ ਵਾਲੇ ਦਿਨ ਜਿਹੜੀ ਫੋਰਸ ਡਿਪਲੋਇਮੈਂਟ ਹੈ ਉਹ ਮਾਣਯੋਗ ਸਟੇਟ ਇਲੈਕਸ਼ਨ ਕਮਿਸ਼ਨ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਲੱਗੇਗੀ। ਉਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਨੋਰਮ ਹੋਏਗਾ, ਸਿੰਗਲ, ਡਬਲ, ਟ੍ਰਿਪਲ, ਕੁਆਡ, ਇਸ ਤਰੀਕੇ ਦੇ ਜਿਹੜੇ ਵੀ ਸਟੇਸ਼ਨਸ ਹੁੰਦੇ ਨੇ, ਬੂਥ ਹੁੰਦੇ ਨੇ, ਉਸ ਤਰੀਕੇ ਦੇ ਨਾਲ ਉਹਨਾਂ 'ਤੇ ਫੋਰਸ ਦਾ ਇੱਕ ਨੋਰਮ ਹੁੰਦਾ ਹੈ ਜਿਹਦੇ ਅਕੋਰਡਿੰਗ ਜਿਹੜੀ ਹੈ ਫੋਰਸ ਲਗਾਈ ਜਾਏਗੀ। ਸੈਂਸਿਟਿਵ ਅਤੇ ਹਾਈਪਰ ਸੈਂਸਿਟਿਵ ਉਹਨਾਂ 'ਤੇ ਵੀ ਖਾਸ ਨਜ਼ਰ? ਬਿਲਕੁਲ ਜੀ, ਜਿਹੜੇ ਸੈਂਸਿਟਿਵ ਹਾਈਪਰ ਸੈਂਸਿਟਿਵ ਨੇ ਉਹਨਾਂ 'ਤੇ ਜ਼ਿਆਦਾ ਫੋਰਸ ਜਿਹੜੀ ਲਗਾਈ ਜਾਏਗੀ। ਅਕਸਰ ਦੇਖਿਆ ਗਿਆ ਇਹਨਾਂ ਚੋਣਾਂ ਦੇ ਵਿੱਚ ਸ਼ਰਾਬ ਦੀ ਵਰਤੋਂ ਬਹੁਤ ਹੁੰਦੀ ਆ, ਉਹਦੇ ਵਾਸਤੇ ਰੋਕਣ ਵਾਸਤੇ ਕਿਹੋ ਜਿਹੇ? ਦੇਖੋ ਜੀ, ਸਾਡੇ ਵੱਲੋਂ ਜਿਹੜੀ ਹੈ ਰੇਡਸ ਜਿਹੜੀਆਂ ਡੇਲੀ ਕੀਤੀਆਂ ਜਾ ਰਹੀਆਂ ਨੇ, ਅਤੇ ਨਜਾਇਜ਼ ਸ਼ਰਾਬ ਜਿਹੜੀ ਹੈ ਉਹਦੀ ਵੀ ਜਿਹੜੀ ਹੈ ਕਾਫੀ ਜ਼ਿਆਦਾ ਹੈ ਰਿਕਵਰੀ ਹੋਈ ਹੈ। ਇਸ ਤੋਂ ਇਲਾਵਾ ਜਿਹੜਾ ਹੈ ਟ੍ਰਬਲ ਮੇਕਰ ਜਿਹੜੇ ਨੇ, ਅਸੀਂ ਉਹਨਾਂ ਦੀ ਵੀ ਜਿਹੜੀ ਪ੍ਰਿਵੈਂਟਿਵ ਅਰੈਸਟਾਂ ਕੀਤੀਆਂ ਨੇ, ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਜਿਹੜਾ ਹੈ ਅਸੀਂ ਉਹਨਾਂ ਦੀ ਅਰੈਸਟ ਵਗੈਰਾ ਪਾ ਕੇ ਜਿਹੜਾ ਹੈ ਜੇਲ੍ਹ ਭੇਜੀ। ਲਸੰਸਿਤ ਹੈ ਲੋਕਾਂ ਨੂੰ ਕਈਆਂ ਵਜੇ ਤੱਕ ਜਮ੍ਹਾਂ ਨਹੀਂ ਕਰਵਾਏ ਗਏ, ਕਾਫੀ ਵੱਡੇ ਵੱਡੇ ਹੋਰ ਵੀ ਰਹੇ ਆ, 72 ਤੋਂ 75% ਸਾਡੇ ਜਿਹੜੇ ਹੈਗੇ ਆ ਉਹ ਲਾਇਸੈਂਸੀ ਹਥਿਆਰ ਜਿਹੜੇ ਜਮ੍ਹਾਂ ਹੋ ਗਏ ਨੇ। ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਨੇ ਉਹ ਵੀ ਜਲਦੀ ਕਰ ਲਏ ਜਾਣ। ਦੇਖੋ ਜੀ, ਉਮੀਦਵਾਰਾਂ ਨੂੰ ਇਹ ਹੈ ਕਿ ਜਿਵੇਂ ਇਹ ਸ਼ਾਂਤੀਪੂਰਵਕ ਇੱਥੇ ਲਾਈਨਾਂ 'ਚ ਖੜ੍ਹੇ ਨੇ ਆਪਣਾ ਨੋਮੀਨੇਸ਼ਨ ਜਿਹੜੇ ਫਾਈਲ ਕਰ ਰਹੇ ਨੇ, ਇਸੇ ਤਰੀਕੇ ਨਾਲ ਚੋਣਾਂ ਵਾਲੇ ਦਿਨ ਵੀ ਜਿਹੜੇ ਹੈ ਉਹ ਸ਼ਾਂਤੀ ਬਣਾਏ ਰੱਖਣ, ਪੁਲਿਸ ਨਾਲ ਸਹਿਯੋਗ ਕਰਕੇ ਚੱਲਣ। ਉਸ ਤੋਂ ਇਲਾਵਾ ਜਿਹੜਾ ਲੋਕ ਨੇ ਉਹ ਜਦੋਂ ਵੀ ਚੋਣ ਵਾਲਾ ਦਿਨ ਆਉਂਦਾ ਹੈ ਤਾਂ ਆਪਣਾ ਜਿਹੜਾ ਹੈ ਚੋਣ ਦੇ ਅਧਿਕਾਰ ਦੀ ਵਰਤੋਂ ਕਰਨ, ਉਸ ਤੋਂ ਇਲਾਵਾ ਜਿਹੜਾ ਹੈ ਸ਼ਾਂਤੀਪੂਰਵਕ ਇਸ ਪੂਰੀ ਪ੍ਰੋਸੈਸ ਨੂੰ ਜਿਹੜਾ ਹੈ ਸਿਰੇ ਚੜ੍ਹਾਉਣ। ਥੈਂਕ ਯੂ।